ਅੱਜ ਤਨ ਤਨ ਬਾਬਾ ਤਾਰਾ ਸਿੰਘ ਸ਼ਹੀਦਾਂ ਦੇ ਸਥਾਨ ਤੇ ਮਨਾਇਆ ਗਿਆ ਸ਼ਹੀਦੀ ਜੋੜ ਮੇਲਾ। ਇਹ ਅਸਥਾਨ ਪਿੰਡ ਬੇਰੀਵਾਲਾ ਬੱਗੀ ਪਤਨੀ ਬੁੱਲੇ ਜੀਰਾ ਵਿੱਚ ਸਥਿਤ ਹੈ। ਇਹ ਸ਼ਹੀਦ ਜੋੜ ਮੇਲਾ 5 ਮਾਰਚ 22 ਫੰਗਰ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਇਹ ਅਸਥਾਨ ਬਾਪੂ ਕਰਮ ਸਿੰਘ ਨੇ ਆਪਣੀ ਜ਼ਮੀਨ ਵਿੱਚ ਤਿਆਰ ਕੀਤਾ ਸੀ। ਇਸ ਦੀ ਇਮਾਰਤ ਦੀ ਸੇਵਾ ਬਾਬਾ ਜਗਤਾਰ ਸਿੰਘ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੀ ਸੀ। ਇਸ ਅਸਥਾਨ 'ਤੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਦਿਨ ਦੂਰ ਦੂਰ ਤੋਂ ਸੰਗਤਾਂ ਨਤਮਸਤਕ ਹੋਈਆਂ, ਗੁਰੂ ਘਰ ਦੇ ਦਰਸ਼ਨ ਕੀਤੇ। ਇਸ ਅਸਥਾਨ 'ਤੇ 34 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇੱਥੇ ਹਰ ਸੰਗਰਾਂਦ ਨੂੰ ਵੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਂਦੇ ਹਨ। ਸ਼ਹੀਦੀ ਜੋੜ ਮੇਲੇ 'ਤੇ ਰਾਗੀਆਂ ਢਾਡੀਆਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰੂ ਘਰ ਵਿੱਚ ਅਟੁੱਟ ਲੰਗਰ ਵਰਤਾਇਆ ਗਿਆ। ਸੇਵਾਦਾਰਾਂ ਵੱਲੋਂ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਗਿਆ। ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਇਹ ਰਿਪੋਰਟ। ਸਰਬੱਤ ਸੰਗਤ ਦੇ ਸੰਯੋਗ ਦੇ ਨਾਲ ਤਨ ਤਨ ਬ੍ਰਹਮ ਗਿਆਨੀ ਸੰਤ ਸਿਪਾਹੀ ਬਾਬਾ ਤਾਰਾ ਸਿੰਘ ਜੀ ਵਾਂ ਵਾਲੇ, ਜਿਨ੍ਹਾਂ ਨੇ 52 ਸਿੰਘਾਂ ਦੇ ਨਾਲ ਧਰਮ ਹਿੱਤ ਯੁੱਧ ਕਰਦਿਆਂ ਹੋਇਆਂ ਆਪਣੀਆਂ ਜਾਨਾਂ ਵਾਰੀਆਂ, ਸ਼ਹੀਦੀਆਂ ਪ੍ਰਾਪਤ ਕੀਤੀਆਂ। 22 ਫੱਗਣ ਨੂੰ 5 ਮਾਰਚ ਨੂੰ ਹਰ ਸਾਲ ਬਾਬਾ ਜੀ ਦਾ ਸ਼ਹੀਦੀ ਜੋੜ ਮੇਲਾ ਬਾਬਾ ਜੀ ਦੇ ਸਥਾਨਾਂ 'ਤੇ ਸੰਗਤ ਦੇ ਸੰਯੋਗ ਦੇ ਨਾਲ ਅਤੇ ਪ੍ਰਬੰਧਕ ਕਮੇਟੀ ਦੇ ਸੰਯੋਗ ਦੇ ਨਾਲ ਮਨਾਇਆ ਜਾਂਦਾ ਹੈ, ਜੋ ਇਸ ਵਾਰ ਵੀ ਸੰਗਤਾਂ ਨੇ ਉਪਰਾਲਾ ਕੀਤਾ ਹੈ। ਅੱਜ 17 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਦੂਜੀ ਸ਼ਿਫਟ ਦੇ ਭੋਗ ਪਾਏ ਗਏ ਹਨ। ਉਪਰੰਤ ਦੀਵਾਨ ਸੱਜੇ ਹਨ ਅਤੇ ਦੀਵਾਨ ਚੱਲ ਰਹੇ ਹਨ। ਸੰਗਤਾਂ ਬਹੁਤ ਪਿਆਰ ਸਤਿਕਾਰ ਦੇ ਨਾਲ ਹਾਜ਼ਰੀ ਭਰ ਰਹੀਆਂ ਹਨ ਅਤੇ ਸਰਬੱਤ ਸੰਗਤ ਦਾ ਸੰਯੋਗ ਹੈ ਬਹੁਤ ਜ਼ਿਆਦਾ। ਜੋ ਬਾਬਾ ਜੀ ਨੇ ਕਿਰਪਾ ਕੀਤੀ ਸੰਗਤਾਂ 'ਤੇ ਅਤੇ ਸੰਗਤਾਂ ਨੇ ਗੁਰੂ ਮਹਾਰਾਜ ਦੇ ਸੰਯੋਗ ਦੇ ਨਾਲ ਇਹ ਬਾਬਾ ਜੀ ਦਾ ਸਥਾਨ ਸੋਹਣਾ ਬਣਾਇਆ। ਜੋ ਬਾਪੂ ਕਰਮ ਸਿੰਘ ਜੀ ਨੇ ਕੁਝ ਚਿਰ ਪਹਿਲਾਂ ਬਾਬੇ ਦੇ ਸਥਾਨਾਂ ਤੋਂ, ਬਾਬਾ ਤਾਰਾ ਸਿੰਘ ਜੀ ਦੇ ਅਸਥਾਨਾਂ ਤੋਂ ਵਾਂ ਵਿਖੋਂ ਇੱਟ ਲਿਆ ਕੇ ਇਹ ਸਥਾਨ ਆਰੰਭ ਕੀਤਾ ਬਣਾਉਣਾ, ਅਤੇ ਸੰਗਤਾਂ ਨੇ ਸੰਯੋਗ ਦੇ ਕੇ ਬਹੁਤ ਵਧੀਆ ਆਲੀਸ਼ਾਨ ਇਮਾਰਤ ਬਣਾਈ ਹੈ, ਲੰਗਰ ਹਾਲ ਬਣਾਇਆ ਹੈ, ਅਤੇ ਬਹੁਤ ਸੰਗਤ ਦਾ ਧੰਨਵਾਦ ਹੈ। ਆਈਆਂ ਹੋਈਆਂ ਸੰਗਤਾਂ ਦਾ ਤੇ ਦਿਨੋਂ ਧੰਨਵਾਦੀ ਹਾਂ। ਸਰਬਾਰੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸੰਯੋਗ ਦੇ ਕੇ ਅਤੇ ਇਹ ਮੇਲੇ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ। ਗੁਰੂ ਮਹਾਰਾਜ ਕਿਰਪਾ ਕਰਨ, ਬਾਬਾ ਜੀ ਕਿਰਪਾ ਕਰਨ, ਸੰਗਤ ਨੂੰ ਪਿਆਰ ਪਾਕ ਬਖਸ਼ਣ, ਚੜ੍ਹਦੀ ਕਲਾ ਬਖਸ਼ਣ ਜੀ। ਅਤੇ ਦੂਜਾ ਸੰਯੋਗ ਹੈ ਜੋ ਪ੍ਰਬੰਧਕ ਕਮੇਟੀਆਂ ਦਾ, ਜੋ ਚੈਨਲ ਵੀਰ ਵਾਲੇ ਵੀਰਾਂ ਦਾ ਹਾਜ਼ਰੀਆਂ ਭਰੀਆਂ, ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਮਹਾਂਪੁਰਸ਼ ਬਾਬਾ ਤਾਰਾ ਸਿੰਘ ਜੀ ਸ਼ਹੀਦ ਵਾਂ ਵਾਲੇ, ਉਹਨਾਂ ਦੀ ਯਾਦ ਵਿੱਚ ਹਰ ਸਾਲ ਇਸ ਸਥਾਨ 'ਤੇ ਮਨਾਇਆ ਜਾਂਦਾ ਹੈ। ਇਹ ਸਥਾਨ ਜਿਹੜਾ ਹੈ ਇਹ ਪਿੰਡ ਬੱਗੀ ਪਤਨੀ ਬੂਲੇ ਬੇਰੀਵਾਲਾ ਬਸਤੀ ਬੂਲੇ ਇਹ ਸਾਰੇ ਪਿੰਡਾਂ ਦੇ ਵਿਚਕਾਰ ਇਹ ਗੁਰਦੁਆਰਾ ਜਿਹੜਾ ਹੈ ਗੁਰੂ ਮਹਾਰਾਜ ਕਿਰਪਾ ਨਾਲ ਸੋਭਿਤ ਹੈ। ਇਹ ਸਾਰੇ ਨਗਰ ਜਿਹੜੇ ਨੇ ਸਾਡੇ ਇਹ ਰਲ ਕੇ ਬਾਬਾ ਜੀ ਦਾ ਸ਼ਹੀਦੀ ਜੋੜ ਮੇਲਾ ਮਨਾ ਰਹੇ ਹਨ। ਇਹ ਜੋੜ ਮੇਲੇ ਵਿੱਚ ਉੱਚ ਚੋਟੀ ਦੇ ਰਾਗੀ ਜਥੇ, ਢਾਡੀ ਜਥੇ ਤਰਸੇਮ ਸਿੰਘ ਜੀ ਮੋਹਰਾਂ ਵਾਲੀਆ, ਬੀਬੀ ਦਲੇਰ ਕੌਰ ਜੀ ਖਾਲਸਾ, ਗਿਆਨੀ ਜਸਵੰਤ ਸਿੰਘ ਜੀ ਕਥਾਵਾਚਕ ਜੋ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਮੰਜੀ ਸਾਹਿਬ ਤੋਂ ਪਹੁੰਚੇ ਹੋਏ ਹਨ, ਇਹ ਉਹ ਸਾਰੀਆਂ ਸੰਗਤਾਂ ਨੂੰ ਉਹਨਾਂ ਨੇ ਆਪਣੇ ਕੀਰਤਨ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸ ਗੁਰੂ ਘਰ ਦੀ ਇਤਨੀ ਵੱਡੀ ਸ਼ੋਭਤ ਹੈ
कि एक एक छोटा जिहा स्थान सी सुरगवासी बाबा करम सिंह जी जिन्होंने इस जगह का नींह पत्थर रखिया बूटा लाया, उस तो उपरंत बाबा जगतार सिंह जी सुरगवासी जिन्होंने इस बूटे की पालना की और साढ़े इलाके की संगत ने इन्हें भी संजोग बहुत व्डा दिता है। जो गुरु घर इन्ना व्डा इन्ना दरबार सोभत वाला बनया है, ये संगत की देन है, किसी कल्ले बंदे की देन नहीं। इत्थे कोई जमीन नहीं, कोई जायदाद नहीं है, ये जनता का संगत का तिलफुर है। जो नेड़े वाले नगर इकट्ठा करके गुरु महाराज का शहीदी जोड़ मेला हर साल मनाते हैं, नाल ही लंगर हाल दिंदे ते लखां रुपया लगा है, ये भी गुरु महाराज की शहीद पातशाह की एक कृपा सदका ही है। तो ये साढ़े इन्हां पिंडां दा इन्ना प्रेम है, क्योंकि ये मेला जिहड़ा 5-6 मार्च नूं हुंदा सी, जिस दे विच 6 मार्च वाले दिन कबड्डी टूरनामेंट हुंदे सी। एक हंकारी राजा पापी जिन्हें साडी दुनिया नूं सड़कां ते बिठा दिता है, मोदी इहो जी भैड़ी सरकार जिन्हें साडे शहीदी दिहाड़े साडे जन्म दिहाड़े जिहड़े संगतां नूं दिल्ली दे दरवाजे विच बिठा के बती नगाए ने। कोई गल नहीं, गुरु महाराज कृपा करन, शहीद पातशाह कृपा करन, साडे शहीदी जोड़ मेले तां इसे तरह लगदे रहने आ, लगदे रहणगे, आउंदे रहने आ। असीं आउंदी वारी नूं टूरनामेंट करवा लांगे, पर इस हंकारी राजे नूं वर्ल्ड फिटकां पा रहा है, एक देश नहीं वर्ल्ड फिटकां पा रहा है, क्योंकि हुण उह फिटकां दा मारिया डरिया होया उह गुफा दे विच वड़ के बैठा है, क्योंकि इह सिख कौम इक इहो जी महान कौम है जिन्हां ने सिर दे के बंद बंद कटवाए हन, त्रिखड़ियां ते चढ़े गए। हुण इह कौम उह है, छोटे छोटे साहिबजादियां ने नीयां विच चुनाए गए, गुरु पातशाह ने साडी खातर कौम की खातर अपने छोटे छोटे साहिब